ਹਾਂਜੀ ਹਾਂਜੀ ਭਾਅ ਜੀ ਮੈਂ ਕੋਈ ਗੱਲ ਨਹੀਂ ਮੈਂ ਸਵੇਰੇ ਟ੍ਰਾਂਸਫਰ ਕਰ ਦੂੰਗਾ ਜੀ ਕੋਈ ਗੱਲ ਨਹੀਂ ਓਕੇ ਭਾਅ ਜੀ ਧੰਨਵਾਦ ਜੀ ਰਜਤ ਵੈਸੇ ਆਪਾਂ ਹੁਣ ਕਾਫੀ ਦੇਰ ਬਾਅਦ ਗੋਲਡਨ ਟੈਂਪਲ ਚੱਲੇ ਹਨਾ ਸਹੀ ਗੱਲ ਆ ਭਾਈ ਜੀ ਘੱਟੋ ਘੱਟ 7-8 ਮਹੀਨੇ ਹੋ ਗਏ ਸਾਨੂੰ ਗਏ ਨੂੰ ਹਨਾ ਯਾਰ ਪਹਿਲਾਂ ਤੁਹਾਨੂੰ ਪਤਾ ਜਦੋਂ ਆਪਾਂ ਜੌਬ ਨਹੀਂ ਕਰਦੇ ਕਾਲਜ 'ਚ ਪੜ੍ਹਦੇ ਹਾਂ ਹਰ ਸੈਟਰਡੇ ਜਾਈਦਾ ਸੀਗਾ ਉਹ ਵੀ ਭਾਅ ਜੀ ਦਿਨ ਸੀਗੇ ਉਹ ਵੀ ਦਿਨ ਸੀਗੇ ਪਰ ਮਜ਼ਾ ਬੜਾ ਸੀ ਹਨਾ ਹੁਣ ਤਾਂ ਕਿੱਥੇ ਦਫ਼ਤਰਾਂ ਉਹੀ ਤਾਂ ਕਹਿ ਰਿਹਾ ਵੀ ਕਿੱਥੇ ਦਫ਼ਤਰਾਂ 'ਚੋਂ ਨਿਕਲੇ ਨਹੀਂ ਜਾਂਦਾ ਬੌਸ ਹੀ ਨਹੀਂ ਇੱਕ ਤਾਂ ਜਾਣ ਛੱਡਦੇ ਕਰਨਾ ਕੀ ਕਿਸੇ ਨੇ ਸਹੀ ਗੱਲ ਆ ਯਾਰ ਛੁੱਟੀ ਦੇ ਕੇ ਰਾਜੀ ਨਹੀਂ ਸਹੀ ਗੱਲ ਆ ਉਹ ਤਾਂ ਕਹਿੰਦੇ ਆ ਜਿਹੜੀ ਅਸੀਂ ਕੰਮ ਕਰਦੇ ਨਾ ਵੀ ਹੱਡਾਂ 'ਚੋਂ ਕੱਢ ਲਈ ਇਹਨਾਂ ਨੇ ਕਿੱਥੇ ਨਹੀਂ ਕੁਛ ਨਹੀਂ ਆ ਤੈਨੂੰ ਲੱਗਦਾ ਉਹ ਮੈਨੂੰ ਲੱਗਦਾ ਕਿ ਸਟਰੀਟ ਲਾਈਟ ਨਾ ਡਿੱਗੀ ਹੋਵੇ ਨਹੀਂ ਨਹੀਂ ਯਾਰ ਕੋਈ ਲੱਗੇ ਬੰਦਾ ਵੀ ਲੱਗਦਾ ਪਿਆ ਆ ਉਹ ਨਹੀਂ ਨਹੀਂ ਯਾਰ ਲੱਗਦਾ ਕੋਈ ਵੀਰ ਦਾ ਐਕਸੀਡੈਂਟ ਹੋਇਆ ਲੱਗਦਾ ਡਿੱਗ ਪਿਆ ਉਹ ਨਹੀਂ ਬਾਈ ਓਏ ਐਕਸੀਡੈਂਟ ਕਿੱਥੋਂ ਹੋ ਗਿਆ ਯਾਰ ਆਪਾਂ ਗੱਡੀ ਖਿਲਾਰ ਕੇ ਦੇਖ ਲੈਂਦੇ ਇੱਕ ਵਾਰੀ ਉਹ ਨਹੀਂ ਯਾਰ ਤਜਿੰਦਰ ਮੇਰੀ ਗੱਲ ਸੁਣ ਐਵੇਂ ਬਹੁਤਾ ਸਿਆਣਾ ਨਾ ਬਣ ਜਿੱਧਰ ਨੂੰ ਚੱਲੇ ਆਪਾਂ ਉੱਧਰ ਚੱਲੀਏ ਰਹਿਣ ਦੇ ਤੂੰ ਯਾਰ ਯਾਰ ਤਾਂ ਸਰਦਾਰ ਵੀ ਲੱਗਦਾ ਪਿਆ ਕੋਈ ਯਾਰ ਆਪਣਾ ਉਹ ਯਾਰ ਕੋਈ ਕੀ ਪਤਾ ਸ਼ਰਾਬੀ ਪੀ ਕੇ ਡਿੱਗਾ ਹੋਏ ਯਾਰ ਦੇਖ ਲਈ ਤੂੰ ਪਰ ਯਾ ਆਪਣਾ ਫਰਜ਼ ਬਣਦਾ ਆ ਕਿ ਉਹਨੂੰ ਯਾਰ ਦੇਖੀਏ ਜਾ ਕੇ ਯਾਰ ਤੂੰ ਕਮਲਾ ਹੋ ਗਿਆ ਤਜਿੰਦਰ ਯਾਰ ਪਹਿਲਾਂ ਹੀ ਅਸੀਂ ਬੜੇ ਲੇਟ ਹੋ ਗਏ ਆ ਆਪਾਂ ਚੱਲੀਏ ਹੱਦ ਵੀ ਹੁੰਦੀ ਯਾਰ ਤੈਨੂੰ ਪਤਾ ਹੈਗਾ 12 ਵਜ ਗਏ ਯਾਰ ਥੋੜਾ ਟਾਈਮ ਹੋ ਗਿਆ ਯਾਰ ਉਹ ਤੇ ਗੱਲ ਠੀਕ ਆ ਯਾਰ ਪਰ ਮੇਰਾ ਦਿਲ ਨਹੀਂ ਮੰਨਦਾ ਯਾਰ ਆਪਾਂ ਨੂੰ ਇੱਕ ਵਾਰ ਜ਼ਰੂਰ ਦੇਖਣਾ ਚਾਹੀਦਾ ਯਾਰ ਇਹ ਆਪਣੀ ਕਿਰਪਾ ਮਰਜ਼ੀ ਕਰ ਦਿੰਦਾ ਕਰ ਲਾ ਉਹਨੂੰ ਮਰਜ਼ੀ ਆਪਣੀ ਯਾਰ ਤੁਸੀਂ ਮੇਰੇ ਨਾਲ ਆਉਣਾ ਆ ਆਓ ਮੈਂ ਇੱਕ ਵਾਰੀ ਵੀਰ ਨੂੰ ਦੇਖ ਕੇ ਆਉਣਾ ਆ ਯਾਰ ਇਹ ਤਾਂ ਨਾ ਮੈਨੂੰ ਇਹੋ ਗੱਲਾਂ ਪਸੰਦ ਨਹੀਂ ਆਉਂਦੀਆਂ ਸਿੱਧੀ ਗੱਲ ਤਾਂ ਹੱਦ ਵੀ ਹੁੰਦੀ ਯਾਰ ਹੈਲੋ ਵੀਰ ਕੀ ਗੱਲ ਹੋ ਗਈ ਵੀਰ ਕੁਛ ਕਰ ਬਾਈ ਓਏ ਜਾਂ ਪਾਣੀ ਲੈ ਯਾਰ ਗੱਡੀ ਤੋਂ ਵੀਰ ਕੀ ਗੱਲ ਹੋ ਗਈ ਵੀਰੇ ਹੈਲੋ ਵੀਰ ਵੀਰ ਕੀ ਹੋਇਆ ਪਤਾ ਨਹੀਂ ਜੀ ਇਹ ਬਸ ਪਤਾ ਨਹੀਂ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਸੀ ਤਾਂ ਰਸਤੇ 'ਚ ਦੇਖਿਆ ਕਿ ਵੀਰ ਦੇ ਡਿੱਗਾ ਪਿਆ ਸੱਟ ਲੱਗੀ ਹੈ ਜ਼ਿਆਦਾ ਸੱਟ ਸੁੱਟ ਲੱਗੀ ਇਹਨੂੰ ਨਹੀਂ ਜੀ ਉਦੋਂ ਗੱਲਬਾਤ ਕਰਦਾ ਪਿਆ ਠੀਕ ਹੀ ਲੱਗਦਾ ਠੀਕ ਹੈ ਪੋਸਟਾ ਕਰ ਰਿਹਾ ਪੋਸਟ ਠੀਕ ਹੈ ਸਾਡੀ ਲੋੜ ਆ ਨਹੀਂ ਕੋਈ ਨਹੀਂ ਵੀਰ ਜੀ ਗੱਡੀ ਹੈਗੀ ਆਪਣੇ ਕੋਲ ਅਤੇ ਬਾਕੀ ਬਹੁਤ ਵੀ ਸਾਡਾ ਨੰਬਰ ਲੈ ਲਓ ਤੁਸੀਂ ਹਾਂਜੀ ਨੰਬਰ ਤੁਸੀਂ ਲਿਖਾ ਦਿਓ 98,565 ਹਾਂਜੀ ਠੀਕ ਆ ਜੀ ਜੇ ਫਿਰ ਵੀ ਲੋੜ ਪਏ ਸਾਨੂੰ ਦੱਸ ਠੀਕ ਹੈ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਚੰਗਾ ਭਾਅ ਜੀ ਹੈਲੋ ਵੀਰ ਜੀ ਭਾਅ ਜੀ ਐਂ ਕਰੀਏ ਵੀ ਆਪਾਂ ਗੱਡੀ 'ਚ ਰੱਖੀਏ ਵੀਰ ਨੂੰ ਹੈ ਨਾ ਜ਼ਿਆਦਾ ਦੇਰ ਨਾ ਕਰੀਏ ਹਾਂ ਆ ਜਾਓ ਯਾਰ ਗੱਡੀ 'ਚ ਲੈ ਜਾਂਦਾ ਚਲੋ ਰਜਤ ਯਾਰ ਹੁਣ ਵੀਰ ਨੂੰ ਹਸਪਤਾਲ ਕਿਹੜੇ ਲੈ ਕੇ ਜਾਈਏ ਬਾਈ ਮੈਨੂੰ ਨਾ ਪੁੱਛ ਯਾਰ ਆਪਦੀ ਮਰਜ਼ੀ ਕੀਤੀ ਨਾ ਤੂੰ ਆਪੇ ਦੇਖ ਲਾ ਹੁਣ ਯਾਰ ਪ੍ਰੀਤ ਫਿਰ ਇਹਨੂੰ ਆਪਾਂ ਬਰੋਲ ਦੇ ਲੈ ਜਾਂਦੇ ਹਾਂ ਨਾ ਹਾਂਜੀ ਹਾਂਜੀ ਉਹ ਠੀਕ ਆ ਹੈਲੋ ਹਾਂ ਨਾਲ ਇੱਥੋਂ ਨੇੜੇ ਵੀ ਆ ਹਾਂਜੀ ਵੀ ਜੀ ਨਹੀਂ ਅਸੀਂ ਧਾਰੀਵਾਲੀਆਂ ਜੀ ਹੈ ਉਹ ਕਿੱਦਾਂ ਠੀਕ ਆ ਵੀ ਜੀ ਓਕੇ ਓਕੇ ਤਜਿੰਦਰ ਬਾਈ ਕੀ ਹੋ ਗਿਆ ਬਾਈ ਯਾਰ ਬਟਾਲੇ ਬਲਾਸਟ ਹੋ ਗਿਆ ਯਾਰ ਹੈ ਸਹੀ ਗੱਲ ਆ ਕਿੱਦਾਂ ਉਹਦੇ ਕਿਸੇ ਪਟਾਕਾ ਫੈਕਟਰੀ ਨੂੰ ਅੱਗ ਲੱਗ ਗਈ ਯਾਰ ਓਹੋ
ਯਾਰ ਇਹ ਤੇ ਬੜਾ ਮਾੜਾ ਹੋਇਆ ਯਾਰ ਓ ਯਾਰ ਬੜਾ ਬੜਾ ਧੰਨਵਾਦ ਤਜਿੰਦਰ ਬਾਈ ਯਾਰ ਤੇਰਾ ਮੇਰਾ ਕਹਦਾ ਧੰਨਵਾਦ ਯਾਰ ਬਾਈ ਯਾਰ ਜੇ ਤੂੰ ਇਸ ਵੀਰ ਦੀ ਮਦਦ ਕਰਨ ਵਾਸਤੇ ਉਹ ਅੱਧਾ ਘੰਟਾ ਨਾ ਲਾਇਆ ਹੁੰਦਾ ਤੇ ਅੱਜ ਅਸੀਂ ਉਸੇ ਅੱਧੇ ਘੰਟੇ ਦੇ ਵਿੱਚ ਧਾਰੀਵਾਲ ਤੋਂ ਬਟਾਲੇ ਪਹੁੰਚਣਾ ਸੀ ਤੇ ਸਾਡਾ ਰੂਟ ਵੀ ਉਹ ਸੀਗਾ ਤੇ ਕਿਤੇ ਨਾ ਕਿਤੇ ਅਸੀਂ ਵੀ ਇਸ ਅਨਹੋਣੀ ਦਾ ਸ਼ਿਕਾਰ ਹੋ ਜਾਣਾ ਸੀ ਹਾਂ ਹਾਂ ਬਿਲਕੁਲ ਯਾਰ ਯਾਰ ਦੇਖ ਲਾ ਯਾਰ ਆਪਾਂ ਗੁਰੂ ਘਰ ਜਾ ਰਹੇ ਸੀ ਤੇ ਵਾਹਿਗੁਰੂ ਨੇ ਇੱਕ ਤਾਂ ਸਾਨੂੰ ਸੇਵਾ ਬਖਸ਼ੀ ਤੇ ਉੱਤੋਂ ਸਾਨੂੰ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਬਿਲਕੁਲ ਸਹੀ ਗੱਲ ਹੈ ਯਾਰ ਬਾਕੀ ਬੜਾ ਬੜਾ ਧੰਨਵਾਦ ਉਸ ਵਾਹਿਗੁਰੂ ਦਾ ਜਿਹਨੇ ਬਸ ਸਹੀ ਗੱਲ ਹੈ ਯਾਰ ਯਾਰ ਇਸ ਪਰਮਾਤਮਾ ਦੀ ਲੀਲਾ ਨੂੰ ਅਸੀਂ ਕਦੀ ਨਹੀਂ ਸਮਝ ਸਕਦੇ ਇਸ ਕਰਕੇ ਜਿੱਦਾਂ ਜਿੱਦਾਂ ਇਸ ਦਾ ਭਾਣਾ ਆਉਂਦਾ ਜੋ ਜੋ ਇਸ ਦਾ ਹੁਕਮ ਆਉਂਦਾ ਆ ਅਸੀਂ ਬਸ ਉਸ ਮੁਤਾਬਕ ਚੱਲਦੇ ਰਹੀਏ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ ਯਾਰ ਕੋਟਾਨਕੋਟ ਧੰਨਵਾਦ ਸਤਿਗੁਰੂ ਦਾ ਬਾਕੀ ਯਾਰ ਬਾਕੀ ਗੱਲ ਬਾਅਦ ਚ ਆਪਾਂ ਪਹਿਲੇ ਵੀ ਅਬਰੋਲ ਲੈ ਚਲੀਏ ਸਭ ਤੋਂ ਬੈਸਟ ਅਬਰੋਲ ਹਸਪਤਾਲ